ਨਹੀਂ ਦੱਸਿਆ। ਤੂੰ ਤਾਂ ਲੈ ਨਜ਼ਾਰੇ ਉਮਰ ਦੇ ਕਿੱਥੇ ਪੜ੍ਹਾਈਆਂ ਹੁੰਦੀਆਂ ਨੇ, ਪੜ੍ਹਨ ਲਾਤਾ ਹੁਣ। ਆਪਾਂ ਤਾਂ ਹੁਣ ਸੌਂਦੇ ਹਾਂ ਨਜ਼ਾਰੇ ਨਾਲ, ਹੁਣ ਕਿੱਥੇ ਸਕੂਲ ਜਾ ਜਾਂਦਾ ਆਪਾਂ ਤੋਂ। ਛੋਕਰ ਅਜੇ ਪੜ੍ਹ ਜੇ ਬਾਪੂ ਚਾਰ ਜਮਾਤਾਂ, ਨਾਲੇ ਦਾ ਕਨੇਡਾ ਦਾ ਵੀਜ਼ਾ ਪੱਕਾ ਹੋ ਜੂ, ਨਾਲੇ ਫੈਮਿਲੀ ਪੜ੍ਹ ਜੂ। ਪਰ ਆਪਣੀ ਫੈਮਿਲੀ 'ਚ ਕਿਹੜਾ ਬਾਹਲੇ ਬੰਦੇ ਆ, ਇੱਕ ਮੈਂ ਆ ਅਤੇ ਇੱਕ ਬਾਪੂ ਆ। ਮੈਂ ਤਾਂ ਅੰਗਰੇਜ਼ੀ ਨੂੰ ਮਾੜਾ ਮੋਟਾ ਮੂੰਹ ਮਾਰ ਲੈਂਦਾ, ਬਾਪੂ ਦਾ ਹੀ ਆ ਬਸ। ਬਾਪੂ ਚਾਰ ਅੱਖਰ ਸਿੱਖੇ ਅੰਗਰੇਜ਼ੀ ਦੇ, ਵਿਚੋਲੇ ਖੁਸ਼ ਹੋ ਜਾਣਗੇ, ਘਰ ਵਸਦਾ ਹੋ ਜਾਊਗਾ। ਨਾਲੇ ਬਾਪੂ ਦਾ ਐਵੇਂ ਨਹੀਂ ਮਾਣ। ਫਿਰ ਵੇਖੀ ਕਰਦਾ ਡਰਾਮੇ ਬਾਜੀਆਂ। ਬਾਪੂ ਦੇ ਵੀ ਆਨੰਦ ਕਾਰਜ ਉੱਚੀ ਹੋ ਜਾਣਗੇ। ਮੈਂ ਤੇਰੇ ਬੇਬੇ ਨਾਲ ਪਤਾ ਕਿੰਨਾ ਪਿਆਰ ਹੈਗਾ, ਸੱਤ ਜਨਮਾਂ ਦੀ ਸਾਂਝ ਆ ਸਾਡੀ। ਚੱਲ ਫਿਰ ਗੁੱਸਾ ਕਾਹਤੋਂ ਕਰਦਾ, ਮੈਂ ਤੈਨੂੰ ਐ ਪੁੱਛਦਾ ਵੀ ਸਕੂਲੋਂ ਕਾਹਤੋਂ ਆ ਗਿਆ। ਸਕੂਲੋਂ ਤਾਂ ਮੈਂ ਆ ਗਿਆ, ਉੱਥੇ ਮਾਸਟਰ ਨੇ ਜਵਾਕ ਨੂੰ ਮੁਰਗਾ ਬਣਾ ਰੱਖਿਆ ਸੀਗਾ। ਮੈਂ ਉਹਨਾਂ ਨੂੰ ਕਿਹਾ ਮੈਂ ਖਰ ਰਹਿਣ ਦਿਓ ਜੀ, ਨਾ ਬਣਾਓ ਜਵਾਕ ਹੈਗਾ। ਮੈਨੂੰ ਕਹਿੰਦੇ ਤੂੰ ਵੀ ਬਣ ਮੁਰਗਾ, ਮੈਂ ਤਾਂ ਉਹਨਾਂ ਨੂੰ ਬਹਾਨਾ ਦੇ ਲਾ ਕੇ ਭੱਜਿਆ ਆਇਆ। ਮੈਂ ਕਿਹਾ ਮੈਂ ਨਹੀਂ ਪੜ੍ਹਦਾ। ਹੁਣ ਫਿਰ ਨਹੀਂ ਜਾਣਾ ਸਕੂਲ? ਮੈਂ ਨਹੀਂ ਜਾਂਦਾ ਸਕੂਲ। ਅਤੇ ਕੱਲ੍ਹ ਨੂੰ ਚਲਾ ਜੀ ਫਿਰ ਸਕੂਲ। ਉਹ ਯਾਰ ਕਾਹਦੇ ਲਈ ਜਾਣਾ ਸਕੂਲ? ਮੈਂ ਜੇ ਸਕੂਲ ਜਾਵੇਂਗਾ ਤਾਂ ਹੀ ਆਪਾਂ ਕਨੇਡਾ ਜਾਵਾਂਗੇ ਨਾ। ਕਨੇਡਾ ਕੀ, ਮੈਨੂੰ ਅੰਗਰੇਜ਼ੀ ਨਹੀਂ ਆਉਂਦੀ ਹੈਗੀ, ਮੈਥੋਂ ਅੰਗਰੇਜ਼ੀ ਤੋਂ ਤਾਂ ਬਾਹਲਾ ਡਰ ਲੱਗਦਾ ਮੈਨੂੰ। ਕੋਈ ਨਹੀਂ, ਸਿੱਖੀ ਜਾਊਗੀ, ਥੋੜ੍ਹਾ ਦਿਮਾਗ 'ਤੇ ਜ਼ੋਰ ਦੇਵੇਗਾ, ਸਿੱਖੀ ਜਾਊਗੀ। ਚੱਲ ਠੀਕ ਆ, ਮੈਂ ਜਾਊਂਗਾ। ਹਾਂ ਪੈ ਜਾ ਹੁਣ, ਆਰਾਮ ਕਰ ਲਾ, ਕੋਈ ਗੱਲ ਨਹੀਂ, ਪੜ੍ਹਦਾ ਨਹੀਂ ਅੰਗਰੇਜ਼ੀ।